ਰਾਜਪੁਰਾ ਵਿੱਚ ਕੋਰੋਨਾ ਨਾਲ ਪੁਲਿਸ ਮੁਲਾਜ਼ਮ ਦੀ ਹੋਈ ਮੌਤ। ਰਾਜਪੁਰਾ ਸ਼ਹਿਰ ਦੇ ਨਾਂ ਲੱਗਦੇ ਪਿੰਡ ਲੇਲਾ ਵਿਖੇ 4 ਬਟਾਲੀਅਨ ਕਮਾਂਡੋ ਫੋਰਸ ਦੇ 32 ਸਾਲਾ ਨੌਜਵਾਨ ਜਸਪਾਲ ਸਿੰਘ ਕੋਰੋਨਾ ਦੀ 18 ਦਿਨਾਂ ਬਾਅਦ ਜੰਗ ਹਾਰ ਗਿਆ, ਜਿਸ ਦਾ ਅੰਤਿਮ ਸੰਸਕਾਰ ਪਿੰਡ ਲੇਲਾ ਵਿਖੇ ਸਿਹਤ ਵਿਭਾਗ ਦੀ ਟੀਮ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀ ਸ਼ਮਸ਼ਾਨ ਘਾਟ ਵਿੱਚ ਹਾਜ਼ਰ ਸਨ ਅਤੇ ਮ੍ਰਿਤਕ ਦੀ ਪਤਨੀ ਅਤੇ 4 ਸਾਲ ਦਾ ਲੜਕਾ ਵੀ ਇਸ ਮੌਕੇ ਹਾਜ਼ਰ ਸੀ। ਜਸਪਾਲ ਸਿੰਘ 2011 ਵਿੱਚ ਕਮਾਂਡੋ ਪੁਲਿਸ ਵਿੱਚ ਭਰਤੀ ਹੋਇਆ ਸੀ ਅਤੇ ਉਸਦਾ 22 ਅਗਸਤ ਨੂੰ ਫਤਿਹਗੜ੍ਹ ਵਿਖੇ ਕੋਰੋਨਾ ਟੈਸਟ ਕਰਵਾਇਆ ਗਿਆ ਅਤੇ 32 ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਅੱਜ ਇਸ ਦੀ ਮੌਤ ਹੋ ਗਈ। ਮ੍ਰਿਤਕ CM ਦੀ ਸਿਕਿਉਰਿਟੀ ਚੰਡੀਗੜ੍ਹ ਵਿੱਚ ਡਿਊਟੀ ਤਾਇਨਾਤ ਸੀ।